ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦਾ ਆਗਾਜ਼ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬੀਸੀ ਦੇ ਪਰਿਵਾਰਾਂ ਦੇ ਬੈਂਕ ਖਾਤੇ ਦੇ ਵਿੱਚ ਆਉਣਗੇ ਪੈਸੇ ਫੈਮਲੀ ਬੈਨੀਫਿਟ ਪੇਮੈਂਟਾਂ ਹੋਣ ਗਿਆ 20 ਜਨਵਰੀ ਤੋਂ ਸ਼ੁਰੂ Google ਕਰੇਗਾ 12000 ਵਰਕਰਾਂ ਦੀ ਛਾਂਟੀ ਕੋਵਿਡ 19 ਤੋਂ ਬਾਅਦ ਸਟਾਫ ਦੇ ਵਿੱਚ ਵਾਅਦਾ ਕਰਨ ਵਾਲੀ ਕੰਪਨੀ ਹੁਣ ਕਰੇਗੀ ਛਾਂਟੀ ਕਿਰਾਇਦਿਆਂ ਕੀਮਤਾਂ ਕੈਨੇਡਾ ਭਰ ਦੇ ਵਿੱਚ ਵਧੀਆਂ ਵੈਂਕੂਵਰ ਬਣਿਆ ਸਭ ਤੋਂ ਵੱਧ ਮਹਿੰਗਾ ਸ਼ਹਿਰ ਖਬਰਾਂ ਵਿਸਥਾਰ ਦੇ ਨਾਲ BC ਦੇ ਪਰਿਵਾਰਾਂ ਦੇ ਲਈ ਮਦਦ 20 ਜਨਵਰੀ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਮੱਦਮ ਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ ਇਹ ਲਾਭ ਦੋ ਬੱਚਿਆਂ ਵਾਲੇ ਪਰਿਵਾਰ ਦੇ ਲਈ ਜਨਵਰੀ ਤੋਂ ਮਾਰਚ ਤੱਕ ਵਾਧੂ ਡਾਲਰ 350 ਪ੍ਰਦਾਨ ਕਰੇਗਾ ਮੈਕਸਿਮਮ ਰਕਮ ਦੇ ਲਈ ਯੋਗ ਹੋਣ ਦੇ ਲਈ 2021 ਟੈਕਸ ਦੀ ਮਿਆਦ ਦੇ ਲਈ ਤੁਹਾਡੀ ਜਿਹੜੀ ਅਡਜਸਟ ਪਰਿਵਾਰਕ ਆ ਆਮਦਨ ਹੈਗੀ ਹੈ ਉਸ ਦੇ ਮੁਤਾਬਕ ਡਾਲਰ 25806 ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ ਆਉ ਦੇਖਦੇ ਆ ਪੂਰੀ ਰਿਪੋਰਟ ਕੀ ਹੈ ਕਿ ਤੁਹਾਡੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਤੇ ਬੀਸੀ ਦੇ ਵਿੱਚ ਰਹਿੰਦੇ ਨੇ ਤਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਹਫ਼ਤਿਆਂ ਵਿੱਚ ਤੁਹਾਡੇ ਬੈਂਕ ਖਾਤੇ ਵਿੱਚ ਕੁਝ ਨਵਾਂ ਪੈਸਾ ਦੇਖ ਸਕਦੇ ਹੋ ਤਿੰਨ ਵਧੀਆਂ ਹੋਈਆਂ ਬੀਸੀ ਫੈਮਿਲੀ ਬੈਨੀਫਿਟ ਪੇਮੈਂਟਾਂ ਦੇ ਵਿੱਚੋਂ ਪਹਿਲੀ 20 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਫੰਡ ਮੱਦਮ ਤੇ ਕਟਾ ਆਮਦਨੀ ਵਾਲੇ ਪਰਿਵਾਰਾਂ ਲਈ ਰੱਖੇ ਗਏ ਨੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਹੋਰ ਅਦਾਇਗੀਆਂ ਆਉਣਗੀਆਂ ਇਹ ਲਾਭ ਦੋ ਬੱਚਿਆਂ ਵਾਲੇ ਪਰਿਵਾਰ ਲਈ ਜਨਵਰੀ ਤੋਂ ਮਾਰਚ ਤੱਕ ਵਾਧੂ ਡਾਲਰ 350 ਪ੍ਰਦਾਨ ਕਰੇਗਾ ਮੈਕਸਿਮਮ ਰਕਮ ਦੇ ਲਈ ਯੋਗ ਹੋਣ ਲਈ 2021 ਟੈਕਸ ਦੀ ਮਿਆਦ ਲਈ ਤੁਹਾਡੀ ਐਡਜਸਟ ਪਰਿਵਾਰਕ ਸ਼ੁੱਧ ਆਮਦਨ ਡਾਲਰ 25806 ਜਾਂ ਕਟਾਓਣੀ ਚਾਹੀਦੀ ਹੈ ਬੱਚੇ ਜਾਂ ਬੱਚਿਆਂ ਦੀ ਸਾਂਝੀ ਕਸਟਡੀ ਵਾਲੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਅੱਧੀ ਰਕਮ ਪ੍ਰਾਪਤ ਹੋਵੇਗੀ ਜੇਕਰ ਉਹਨਾਂ ਦੇ ਕੋਲ ਪੂਰੀ ਕਸਟਡੀ ਹੁੰਦੀ ਹੈ ਇਹ ਅਨੁਮਾਨਿਤ 75% ਬੀਸੀ ਪਰਿਵਾਰਾਂ ਨੂੰ ਲਾਭ ਮਿਲੇਗਾ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵਿੱਚੋਂ ਲਗਭਗ 84% ਪਰਿਵਾਰਾਂ ਨੂੰ ਪ੍ਰਤੀ ਬੱਚੇ ਪ੍ਰਤੀ ਮਹੀਨਾ ਕਟੋਕਾਟ ਡਾਲਰ ਪੰਜਾਬਾਦੂ ਮਿਲਣਗੇ ਵਿੱਤ ਮੰਤਰੀ ਕੈਥਰਿਨ ਕਾਂਡਰੋਏ ਨੇ ਕਿਹਾ ਹੈ ਕਿ ਗਲੋਬਲ ਮਹਿੰਗਾਈ ਦੇ ਕਾਰਨ ਜੀਵਨ ਦੀ ਵਧ ਰਹੀ ਲਾਗਤ ਤੇ ਬੱਚਿਆਂ ਦੇ ਪਾਲਣ ਪੋषण ਨਾਲ ਆਉਣ ਵਾਲੇ ਰੋਜ਼ਾਨਾ ਦੇ ਖਰਚਿਆਂ ਦੇ ਨਾਲ ਅਸੀਂ ਜਾਣਦੇ ਹਾਂ ਕਿ ਸਮਾਤਨਾ ਪੂਰਨ ਹੈ ਜੋ ਪ੍ਰੋਵਿੰਸ ਤੋਂ ਉਮੀਦ ਕਰਦਾ ਹੈ ਕਿ ਵਾਧੂ ਨਕਦ ਪਰਿਵਾਰਕ ਬਜਟ ਤੋਂ ਥੋੜਾ ਦਬਾ ਹਟਾਏਗੀ ਆਮਦਨੀ ਤੇ ਪਰਿਵਾਰ ਦੇ ਬੱਚਿਆਂ ਦੀ ਗਿਣਤੀ ਤੇ ਆਧਾਰਿਤ ਹੋਣ ਤੋਂ ਇਲਾਵਾ ਪ੍ਰੋਵਿੰਸ ਨੋਟ ਕਰਦਾ ਹੈ ਕਿ ਯੋਗਤਾ ਉਦੋਂ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਕੈਨੇਡਾ ਚਾਈਲਡ ਬੈਨੀਫਿਟ ਲਈ ਰਜਿਸਟਰ ਕਰਦਾ ਹੈ ਆਮ ਤੌਰ ਤੇ ਇਨਕਮ ਟੈਕਸ ਰਿਟਰਨ ਰਾਹੀਂ ਹੁੰਦੀ ਹੈ BC ਫੈਮਿਲੀ ਬੈਨੀਫਿਟ ਦੇ ਭੁਗਤਾਨ ਜ਼ਿਆਦਾਤਰ ਫੈਡਰਲ ਕ੍ਰੈਡਿਟ ਦੇ ਨਾਲ ਕੈਨੇਡਾ ਰੈਵੈਨਿਊ ਏਜੰਸੀ ਤੋਂ ਇੱਕ ਯੋਗ ਬ੍ਰਿਟਿਸ਼ ਕੋਲੰਬੀਆ ਦੇ ਬੈਂਕ ਖਾਤੇ ਵਿੱਚ ਜਮਾ ਕੀਤੇ ਜਾਣਗੇ ਨਿਊਜ਼ ਚੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ Google ਵੱਲੋਂ ਆਪਣੇ 12000 ਵਰਕਰਜ਼ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੋਵਿਡ-19 ਮਹਾਮਾਰੀ ਦੌਰਾਨ ਆਪਣੇ ਸਟਾਫ ਦੇ ਵਿੱਚ ਵਾਧਾ ਕਰਨ ਤੋਂ ਬਾਅਦ ਹੁਣ ਹਾਲਾਤ ਥੋੜੇ ਜਿਹੇ ਔਖੇ ਲੱਗ ਰਹੇ ਨੇ ਇਸੇ ਕਰਕੇ ਹੁਣ ਸਟਾਫ ਦੇ ਵਿੱਚ ਕਟੌਤੀ ਕਰਨ ਵਾਲੀ Google ਵੱਡੀ ਟੈਕ ਕੰਪਨੀ ਬਣ ਜਾਏਗੀ ਇਸ ਹਫਤੇ ਦੇ ਸ਼ੁਰੂ ਦੇ ਵਿੱਚ Microsoft ਦੇ ਵੱਲੋਂ ਵੀ 10000 ਵਰਕਰਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਗਿਆ ਸੀ Amazon ਵੀ 18000 ਵਰਕਰਸ ਦੀ ਛਾਂਟੀ ਕਰ ਚੁੱਕਿਆ ਹੈ ਤੇ Facebook ਵੱਲੋਂ ਵੀ 11000 ਵਰਕਰ ਕੱਢੇ ਜਾ ਰਹੇ ਨੇ ਤਕਨੀਕੀ ਖੇਤਰ ਦੀਆਂ ਨੌਕਰੀਆਂ ਦੇ ਵਿੱਚ ਕਟੌਤੀ ਵਧਨ ਕਾਰਨ Google ਨੇ 12000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਹ ਉਹ ਕਰਮਚਾਰੀ ਨੇ ਜੋ ਕੋਵਿਡ-19 ਮਹਾਮਾਰੀ ਦੇ ਸੰਕਟ ਦੌਰਾਨ ਉਦਯੋਗ ਦੇ ਆਰਥਿਕ ਉਛਾਲ ਦੇ ਰੂਪ ਵਿੱਚ ਸਟਾਫ ਨੂੰ ਕੱਟਣ ਲਈ ਨਵੇਂ ਤਕਨੀਕੀ ਕੰਪਨੀ ਬਣਾ ਰਹੀ ਹੈ। Google ਦੇ CEO ਸੁੰਦਰ ਪਚਾਈ ਨੇ ਸ਼ੁੱਕਰਵਾਰ ਨੂੰ ਇਹ ਖਬਰ ਆਪਣੇ ਸਿਲੀਕਨ ਵੈਲੀ ਸਥਿਤ ਸਟਾਫ ਦੇ ਨਾਲ-ਨਾਲ ਕੰਪਨੀ ਦੇ ਨਵੇਂ ਬਲੌਗ ਉੱਤੇ ਵੀ ਸਾਂਝੀ ਕੀਤੀ। ਪਚਾਈ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਅਸੀਂ ਕਾਫੀ ਵਿਕਾਸ ਕੀਤਾ ਪਰ ਹੁਣ ਹਕੀਕਤ ਬਦਲ ਗਈ ਹੈ। ਤੇ ਸਾਨੂੰ ਹਕੀਕਤ ਦਾ ਸਾਹਮਣਾ ਕਰਨਾ ਹੀ ਹੋਏਗਾ ਇਹ ਕੰਪਨੀ ਦੀ ਛਾਂਟੀ ਦੇ ਸਭ ਤੋਂ ਵੱਡੇ ਦੌਰ ਵਿੱਚੋਂ ਇੱਕ ਹੈ ਤੇ ਮਾਈਕਰੋਸਾਫਟ ਐਮਾਜ਼ੋਨ ਫੇਸਬੁੱਕ ਪੈਰਟ ਮੈਟਾ ਦੇ ਹੋਰ ਤਕਨੀਕੀ ਕੰਪਨੀਆਂ ਦੁਆਰਾ ਹਾਲ ਹੀ ਦੇ ਵਿੱਚ ਐਲਾਨ ਕੀਤੇ ਗਏ ਹਜ਼ਾਰਾਂ ਹੋਰ ਨੌਕਰੀਆਂ ਦੇ ਨੁਕਸਾਨ ਵਿੱਚ ਵਾਅਦਾ ਕਰਦਾ ਕਿਉਂਕਿ ਉਹ ਉਦਯੋਗ ਦੇ ਲਈ ਇੱਕ ਹਨੇਰੇ ਵਾਲੇ ਕੇਂਦਰ ਦੇ ਵਿੱਚਕਾਰ ਆਪਣੀ ਕਮਰ ਕਸਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮਹੀਨੇ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਦੁਆਰਾ ਘੱਟੋ ਘੱਟ 48000 ਨੌਕਰੀਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਪਚਾਈ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਅਸੀਂ ਨਾਟਕੀ ਟੰਗ ਵੇਖੇ ਨੇ ਅਤੇ ਕਿਹਾ ਕਿ ਵਾਅਦੇ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਹੁਣ ਔਖਾ ਹੋ ਗਿਆ ਹੈ ਇਸ ਲਈ ਉਹਨਾਂ ਕਿਹਾ ਕਿ ਇਹ ਛਾਂਟੇ ਕਿਤੇ ਨਾ ਕਿਤੇ ਇਸ ਦੇ ਕਾਰਜਾਂ ਦੀ ਸਖਤ ਸਮੀਖਿਆ ਨੂੰ ਦਰਸਾਉਂਦੀ ਹੈ ਉਹਨਾਂ ਛਾਂਟੀ ਕਰਨ ਦੇ ਟੰਗਾ ਤੇ ਅਫਸੋਸ ਜਤਾਇਆ ਰੈਗੂਲੇਟਰੀ ਫਲਾਈਂਗ ਦਰਸਾਉਂਦੀ ਹੈ ਕਿ ਕਿਵੇਂ ਮਹਾਮਾਰੀ ਦੇ ਦੌਰਾਨ Google ਦੇ ਕਰਮਚਾਰੀਆਂ ਦੀ ਗਿਣਤੀ ਵਧੀ ਪਿਛਲੇ ਸਾਲ ਦੇ ਅਖੀਰ ਤੱਕ ਲਗਭਗ 1.87 ਲੱਖ ਲੋਕਾਂ ਤੱਕ ਪਹੁੰਚ ਗਈ ਜੋ 2019 ਦੇ ਅੰਤ ਵਿੱਚ 1.19 ਲੱਖ ਸੀ ਪਚਾਈ ਨੇ ਕਿਹਾ ਕਿ Google ਜਿਸ ਦੀ ਸਥਾਪਨਾ ਲਗਭਗ 1/4 ਸਦੀ ਪਹਿਲਾਂ ਕੀਤੀ ਗਈ ਸੀ ਮੁਸ਼ਕਲ ਆਰਥਿਕ ਚੱਕਰ ਦੇ ਵਿੱਚੋਂ ਲੰਘਣ ਲਈ ਪਾਬੰਦੀ ਸੀ ਪਚਾਈ ਦੇ ਪੱਤਰ ਮੁਤਾਬਕ ਅਮਰੀਕਾ ਤੇ ਹੋਰ ਅਨਿਰਧਾਰਤ ਦੇਸ਼ਾਂ ਵਿੱਚ ਨੌਕਰੀਆਂ ਵਿੱਚ ਕਟੌਤੀ ਕੀਤੀ ਜਾਵੇਗੀ ਇਸ ਹਫਤੇ ਮਾਈਕਰੋਸਾਫਟ ਨੇ 10000 ਨੌਕਰੀਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਜਾਂ ਇਸ ਦੇ ਕਰਮਚਾਰੀਆਂ ਦੇ ਲਗਭਗ 5% ਦੀ ਐਮਾਜ਼ਾਨ ਨੇ ਇਸ ਮਹੀਨੇ 18000 ਨੌਕਰੀਆਂ ਦੇ ਵਿੱਚ ਕਟੌਤੀ ਕੀਤੀ ਹੈ ਹਾਲਾਂਕਿ ਉਸ ਦੇ 1.5 ਮਿਲੀਅਨ ਮਜ਼ਬੂਤ ਕਰਮਚਾਰੀਆਂ ਦਾ ਇੱਕ ਹਿੱਸਾ ਹੈ ਜਦੋਂ ਕਿ ਕਾਰੋਬਾਰੀ ਸੌਫਟਵੇਅਰ ਨਿਰਮਾਤਾ ਸੇਲਜ਼ਫੋਰਸ ਲਗਭਗ 8000 ਕਰਮਚਾਰੀਆਂ ਜਾਂ કુલ 10% ਦੀ ਘਟ ਰਿਹਾ ਹੈ ਆਖਰੀ ਗਿਰਾਵਟ ਫੇਸਬੁਕ ਪੈਰਾਟਾ ਮੈਰਾ ਦੇ ਐਲਾਨ ਕੀਤੀ ਸੀ 11000 ਉਹਦਿਆਂ ਜਾਂ ਇਸ ਦੇ 13% ਕਰਮਚਾਰੀਆਂ ਦੀ ਕਮੀ ਕਰੇਗਾ ਐਲਨ ਮਸਕ ਨੇ ਪਿਛਲੀ ਗਿਰਾਵਟ ਦੇ ਵਿੱਚ ਸੋਸ਼ਲ ਮੀਡੀਆ ਕੰਪਨੀ ਨੂੰ ਹਾਲਸ ਕਰਨ ਤੋਂ ਬਾਅਦ ਟਵਿੱਟਰ ਤੇ ਨੌਕਰੀਆਂ ਘਟਾ ਦਿੱਤੀਆਂ ਯੂਕੇ ਅਧਾਰਿਤ ਸਾਈਬਰ ਸੁਰੱਖਿਆ ਫਰਮ ਸੋਫੋਸ ਨੇ 450 ਕਰਮਚਾਰੀਆਂ ਜਾਂ ਇਸ ਦੇ ਗਲੋਬਲ ਕਰਮਚਾਰੀਆਂ ਦਾ 10% ਕੱਢ ਦਿੱਤਾ ਕ੍ਰਿਪਟੋਕਰੰਸੀ ਵਪਾਰ ਪਲੇਟਫਾਰਮ ਕਾਇਨਬੇਸ ਨੇ 1 ਸਾਲ ਤੋਂ ਵੀ ਘੱਟ ਸਮੇਂ ਵਿੱਚ ਛਾਂਟੀ ਦੇ ਦੂਜੇ ਦੌਰ ਵਿੱਚ ਆਪਣੇ ਕਰਮਚਾਰੀਆਂ ਦੇ 20% ਦੀ ਲਗਭਗ 950 ਨੌਕਰੀਆਂ 'ਚ ਕਟੌਤੀ ਕੀਤੀ। ਸੰਯੁਕਤ ਰਾਜ ਵਿੱਚ ਰੋਜ਼ਗਾਰ ਦੇ ਇੱਕ ਹੌਲੀ ਆਰਥਿਕਤਾ ਦੇ ਸੰਕੇਤਾਂ ਦੇ ਬਾਵਜੂਦ ਫਲੈਕਸੀਬਲ ਐ ਤੇ ਦਸੰਬਰ ਵਿੱਚ ਹੋਰ 2 ਲੱਖ 23000 ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਸਨ। ਫਿਰ ਵੀ ਪਿਛਲੇ ਕਈ ਸਾਲਾਂ ਵਿੱਚ ਤਕਨੀਕੀ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ ਕਿਉਂਕਿ ਕਰਮਚਾਰੀਆਂ ਨੇ ਰਿਮੋਟ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ। ਬਹੁਤ ਸਾਰੀਆਂ ਕੰਪਨੀਆਂ ਦੇ ਸੀਈਓਜ਼ ਨੇ ਬਹੁਤ ਤੇਜ਼ੀ ਨਾਲ ਵਦਨ ਦਾ ਦੋਸ਼ ਲਗਾਇਆ ਹੈ ਫਿਰ ਵੀ ਉਹੀ ਕੰਪਨੀਆਂ ਨੌਕਰੀਆਂ ਵਿੱਚ ਕਟੌਤੀ ਦੇ ਨਵੇਂ ਦੌਰ ਤੋਂ ਬਾਅਦ ਵੀ ਮਹਾਮਾਰੀ ਤੋਂ ਆਰਥਿਕ ਉਛਾਲ ਸ਼ੁਰੂ ਹੋਣ ਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡੀਆਂ ਰਹਿੰਦੀਆਂ ਨੇ ਨਿਊਜ਼ ਡੈਸਕ ਤੋਂ ਛਾਣਾ ਪੰਜਾਬੀ ਦੀ ਰਿਪੋਰਟ ਐਕਸ ਬੀਬੀ ਪੁਆਇੰਟ 1.5 ਵੇਰੀਐਂਟ ਦੇ ਮਾਮਲੇ ਕੈਨੇਡਾ ਦੇ ਵਿੱਚ ਵਧ ਰਹੇ ਨੇ ਜਿਸ ਤੇ ਧਿਆਨ ਕੇਂਦ੍ਰਿਤ ਕਰਨਾ ਲਾਜ਼ਮੀ ਹੈ ਡਾਕਟਰ థੈਰੇਸਾ ਟੈਮ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਯੂਨਾਈਟਿਡ ਸਟੇਟ ਤੇ ਯੂਰਪ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਕੈਨੇਡਾ ਸਤਰਕ ਰਹਨ ਦੀ ਅਪੀਲ ਕਰ ਰਿਹਾ ਹੈ ਕੈਨੇਡਾ ਦੇ ਮਾਹਰ ਡਾਕਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਚ ਪ੍ਰਸਾਰਤ ਨਵੇਂ ਕੋਵਿਡ-19 ਵੇਰੀਐਂਟ ਐਕਸ ਬੀਬੀ 0.1.5 ਦੀਆਂ ਖੋਜਾਂ ਕੈਨੇਡਾ ਵਿੱਚ ਲਗਾਤਾਰ ਵਧ ਰਹੀਆਂ ਨੇ ਪਰ ਅਜੇ ਤੱਕ ਅਜੇ ਹਨ ਨਹੀਂ ਲੱਗਦਾ ਕਿ ਇਹ ਲਾਗ ਬਦੇਰੇ ਗੰਭੀਰ ਬਿਮਾਰੀਆਂ ਵੱਲ ਜਾ ਰਹੀ ਹੈ ਡਾਕਟਰ థੈਰਸਾ ਟੇਮ ਦਾ ਕਹਿਣਾ ਹੈ ਕਿ ਇਹ ਨਵਾਂ ਓਮਿਕਰੋਨ ਰੂਪ ਜੋ ਕਿ ਸੰਯੁਕਤ ਰਾਸ਼ਟਰ ਯੂਰਪ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ 25 ਦਸੰਬਰ ਦੇ ਹਫਤੇ ਵਿੱਚ ਨਵੇਂ ਕੋਵਿਡ-19 ਸੰਕਰਮਣ ਦੇ 2.5 ਫੀਸਦੀ ਦੇ ਨਾਲ 2023 ਤੱਕ ਕੈਨੇਡਾ ਚ ਘੁੰਮ ਰਿਹਾ ਸੀ ਇਹ ਅਨੁਪਾਤ ਉਦੋਂ ਤੋਂ ਵੱਧ ਕੇ ਨਵੇਂ ਕੋਵਿਡ ਸੰਕਰਮਣ ਦੇ ਲਗਭਗ 7 ਫੀਸਦੀ ਹੋ ਗਿਆ ਬਰੇ ਅਣਜਾਣ ਹੈ ਕਿ ਇਹ ਕੈਨੇਡਾ ਵਿੱਚ ਪ੍ਰਤੱਖ ਤਨਾ ਬਣ ਜਾਏਗਾ ਜਿਵੇਂ ਕਿ ਇਹ ਸੰਯੁਕਤ ਰਾਜ ਦੇ ਉੱਤਰ ਪੂਰਬੀ ਹਿੱਸੇ ਵਿੱਚ ਹੈ ਟੈਮ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਸ ਸਮੇਂ ਕੇਸਾਂ ਦੀ ਸੰਪੂਰਨ ਗਿਣਤੀ ਵਿੱਚ ਵਾਧਾ ਹੋ ਰਿਹਾ ਨਾ ਹੀ ਹੋਰ ਨਵੇਂ ਰੂਪਾਂ ਦੇ ਨਾਲ ਵਧੀ ਹੋਈ ਗੰਭੀਰਤਾ ਦਾ ਵੀ ਕੋਈ ਸਬੂਤ ਹੈ 2022 ਦੇ ਵਿੱਚ ਓਮਿਕਰੋਨ ਵੇਰੀਐਂਟ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਹੁਣ ਤੱਕ ਸਭ ਤੋਂ ਵੱਧ ਸੰਕਰਮਣ ਹੋਏ ਨੇ ਖੁਸ਼ਕਿਸਮਤੀ ਨਾਲ ਸਮੇਂ ਦੇ ਨਾਲ ਗੰਭੀਰ ਨਤੀਜਿਆਂ ਵਿੱਚ ਕਮੀ ਵੱਲ ਇਹ ਕਾਮ ਰੁਝਾਨ ਰਿਹਾ ਹੈ ਜਿਵੇਂ ਕਿ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਵਿੱਚ ਗੰਭੀਰ ਦੇਖਭਾਲ ਤੇ ਮੌਤਾਂ ਨੇ XBB.1.5 اومੀਕਰੋਨ ਸਬ-ਵੈਰੀਐਂਟ XBB ਦਾ ਇੱਕ ਉਪਵੰਸ਼ ਹੈ ਤੇ ਵਿਸ਼ਵ ਸਿਹਤ ਸੰਗਠਨ WHO ਦੁਆਰਾ ਹੁਣ ਤੱਕ ਸਭ ਤੋਂ ਵੱਧ ਪ੍ਰਸਾਰਿਤ ਕੋਵਿਡ-19 ਰੂਪ ਮੰਨਿਆ ਗਿਆ ਹੈ ਤਾਜ਼ਾ ਕੇਸ ਡਾਟਾ ਦਰਸਾਉਂਦਾ ਹੈ ਕਿ ਕੋਵਿਡ-19 ਐਕਟੀਵਿਟੀ ਦੇਸ਼ ਭਰ ਦੇ ਵਿੱਚ ਉਤਾਰ ਚੜਾ ਦੇ ਨਾਲ ਜਾਰੀ ਹੈ ਪਰ ਇਨਫਲੂਐਂਜ਼ਾ ਤੇ ਸਾਹ ਲੈਣ ਵਾਲੇ ਵਾਇਰਸ ਦੋਵੇਂ ਸੰਭਾਵਤ ਮੌਸਮੀ ਪਦਰਾਂ ਦੇ ਵਿੱਚ ਸੈਟਲ ਹੋ ਗਏ ਨੇ ਉਪ ਮੁੱਖ ਪਬਲਿਕ ਹੈਲਥ ਆਫਸਰ ਡਾਕਟਰ ਹਾਰਵਰਡ ਨਜ਼ੂ ਨੇ ਕਿਹਾ ਹੈ ਕਿ ਮਹਾਮਾਰੀ ਜੇ ਖਤਮ ਨਹੀਂ ਹੋਈ ਹੈ ਕੈਨੇਡਾ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਉਹਨਾਂ ਫ੍ਰੈਂਚ ਵਿੱਚ ਕਿਹਾ ਕਿ ਅਸੀਂ ਮਹਾਮਾਰੀ ਦੇ ਗੰਭੀਰ ਪੜਾਅ ਨੂੰ ਪਾਸ ਕਰ ਲਿਆ ਹੈ ਬੇਸ਼ੱਕ ਵਾਇਰਸ ਕੈਨੇਡਾ ਤੇ ਦੁਨੀਆ ਭਰ ਦੇ ਵਿੱਚ ਫੈਲਦਾ ਜਾ ਰਿਹਾ ਹੈ ਇਹ ਬਦਲਣਾ ਤੇ ਵਿਕਾਸ ਕਰਨਾ ਵੀ ਜਾਰੀ ਰੱਖਦਾ ਹੈ ਇਸ ਲਈ ਸਾਨੂੰ ਇੱਕ ਰਾਸ਼ਟਰ ਤੇ ਵਿਅਕਤੀਗਤ ਤੌਰ ਤੇ ਸਾਡੇ ਜਵਾਬ ਨੂੰ ਅਨੁਕੂਲ ਬਣਾਉਣ ਤੇ ਸੋਧ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ ਟਾਈਮ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ਤੇ ਮਹੱਤਵਪੂਰਨ ਦਬਾਅ ਬਣਿਆ ਹੋਇਆ ਹੈ ਦੇਸ਼ ਵਿਆਪੀ ਨਾਜ਼ੁਕ ਸਟਾਫ ਦੀ ਕਾਰਨ ਜਿਸ ਦਾ ਮਤਲਬ ਹੈ ਕਿ ਬਿਮਾਰੀ ਵਿੱਚ ਅਚਾਨਕ ਵਾਧਾ ਹਸਪਤਾਲਾਂ ਤੇ ਸਿਹਤ ਕਰਮਚਾਰੀਆਂ ਤੇ ਕਾਫੀ ਪ੍ਰਭਾਵ ਪਾਵੇਗਾ ਇਹੀ ਕਾਰਨ ਹੈ ਕਿ ਫੈਡਰਲ ਸਿਹਤ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਕੈਨੇਡੀਅਨਾਂ ਨੂੰ ਇਹ ਯਕੀਨੀ ਬਣਾਉਣ ਲੈ ਕੇ ਆਏ ਕਿ ਉਹਨਾਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਤਾਜ਼ਾ ਡੋਸਟਰ ਖੁਰਾਕ ਮਿਲੀ ਹੈ ਜਿਸ ਨੂੰ ਵਿਸ਼ਵ ਵਿਆਪੀ ਮਹਾਰ ਹਸਪਤਾਲ ਦੇ ਵਿੱਚ ਦਾਖਲ ਹੋਣ ਤੇ ਮੌਤ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਹਿਮਤ ਨੇ ਨਿਊਜ਼ ਜੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ 온ਟਾਰੀਓ ਸਰਕਾਰ ਦੇ ਵੱਲੋਂ ਹੋਰਨਾ ਪ੍ਰੋਵਿੰਸਾਂ ਦੇ ਵਿੱਚ ਰਜਿਸਟਰਡ ਅਤੇ ਲਾਇਸੈਂਸ ਸ਼ੁਦਾ ਹੈਲਥ ਕੇਅਰ ਵਰਕਰਸ ਨੂੰ 온ਟਾਰੀਓ ਦੇ ਵਿੱਚ ਆ ਕੇ ਤੁਰੰਤ ਕੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਹੈ ਕਾਲਜ ਅਤੇ ਯੂਨੀਵਰਸਿਟੀਆਂ ਦੇ ਮਨਿਸਟਰ ਜੈਨ ਦਲਪਨੇ ਆਖਿਆ ਕਿ ਹੁਣ ਵਿਦਿਆਰਥੀਆਂ ਨੂੰ ਕਰਜ਼ੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ ਸਰਕਾਰ ਹਿਸਟੋਰਿਕਲ ਇਨਵੈਸਟਮੈਂਟ ਕਰਨ ਜਾ ਰਹੀ ਹੈ ਉਹਨਾਂ ਨੇ ਸਾਫ਼ ਕੀਤਾ ਹੈ ਕਿ ਸਰਕਾਰ ਮੈਡੀਕਲ ਐਜੂਕੇਸ਼ਨ ਲਈ ਗੰਭੀਰ ਹੈ And we recognize that investing in the future of Ontario's healthcare system starts with expanding high caliber education for those on the front lines I've been working closely with the Premier and the Minister of Health to ensure that we are not only fostering education for healthcare professionals But that we are also addressing specific regional and community health care needs across the province, especially in this time of need. This includes expanding medical school seats by 160 undergraduate seats and 295 postgraduate positions over five years, as well as an additional 1,500 nursing spaces beginning in 2023 24. And as part of our government's plan to stay open, we introduced the Ontario Learn and Stay Grant. Which addresses the pressing needs for qualified professionals in communities across the province. The grant launches this spring for the upcoming fall 2023 academic year. It will provide upfront funding to cover the costs of tuition, books, and other educational costs to post secondary students who enroll in priority programs in regions that have been challenged by staffing shortages. And importantly, commit to working locally when they graduate. This means that these students will graduate with no debt tuition if they work locally in their fields after graduation. Not only are we giving students the training for in demand fields in Ontario, we are also ensuring that communities across the province get the workers they need to support their local labour market needs. Let's look at London, for example. Through the Ontario Learn and Stay Grant, graduates of Fanshawe College's nursing programs will be able to make immediate impacts in local hospitals. Like the London Health Sciences Centre and St. Joseph's Hospital, long term care homes, and other facilities. This is an historic investment in our students and in the future of our healthcare workforce in Ontario and will be a game changer for communities across the province. Vancouver Island, the ਪulp mill ਜਿਸ ਦੇ ਵੱਲੋਂ ਪਿਛਲੇ ਸਾਲ ਆਪਣੇ ਆਪਰੇਸ਼ਨ ਬੰਦ ਕਰ ਦਿੱਤੇ ਗਏ ਸਨ ਜੋ ਕਿ ਹੁਣ ਦੁਬਾਰਾ ਖੋਲਣ ਜਾ ਰਹੀ ਹੈ ਇਸ ਦੇ ਨਾਲ ਇਲਾਕੇ ਦੇ ਵਿੱਚ 100 ਨੌਕਰੀਆਂ ਪੈਦਾ ਹੋਣ ਗਿਆ ਇਸ ਪੇਪਰ ਐਕਸਲੈਂਸ ਮਿਲ ਨੂੰ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ 19 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਹੋਈ ਹੈ Uh, we want to do what we can to support forest workers across the province. Uh, we know, though, uh, that the stresses on our forests haven't been greater, uh, and, uh, and especially in the interior. Uh, workers know it, their families know it, there's lots of pressures on the industry right now. Uh, people are looking for security uh, in the forest sector for a strong future uh, for the sector, for themselves, their communities, and the families. And that's what we are aiming to deliver in partnership with you. But we got a lot of work to do, a lot of catching up to do in the forest sector to make sure that that those secure jobs are there. Um, we've had uh, bad land use planning across our province. We've had short-term thinking that's made some very serious problems worse. And in uh, recent years, in parts of our province, uh, forest fires, flooding, affecting timber supply, beetle kill, um, in many uh, parts of rural British Columbia, despite an overall uh, strong economy in our province, uh, rural communities are hurting, and we see that. And uh, we won't stand by and do nothing while that's happening. We're going to take action, uh, and uh, and that's why we're all here today. Uh, last fall, Paper Excellence. Uh, Announced it was going to curtail operations here indefinitely. The mill was going to be closed. And, uh, and I am just so glad uh, to be here today uh, with you uh, to announce that the mill will soon be up and running again. More than 100 people back to work here on the site, which is good news for families, the community of Crofton, and certainly for the whole province of British Columbia. Um, i'd like to recognize and thank paper excellence for bringing forward the proposal for this project uh, this proposal isn't just about opening the closed paper mill uh, it's also about our whole province's goal about reducing carbon pollution and about forestry as a solution to the climate challenge that we face uh, For example, ਸੀਏ ਦੀ ਜਨਵਰੀ 2023 ਦੀ ਰਿਪੋਰਟ ਅਨੁਸਾਰ ਦਸੰਬਰ 2021 ਦੇ ਮੁਕਾਬਲੇ 12% ਤੋਂ ਜ਼ਿਆਦਾ ਦਾ ਵਾਧਾ ਕਿਰਾਇਆਂ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਸਾਰੇ ਜਿਹਾ ਸ਼ਹਿਰ ਨੇ ਜਿੱਥੇ ਕਿਰਾਇਆ ਮਹਿੰਗਾ ਹੋਇਆ ਵੈਂਕੂਵਰ ਕੈਨੇਡਾ ਦੇ ਲਈ ਸਭ ਤੋਂ ਮਹਿੰਗਾ ਸ਼ਹਿਰ ਵੀ ਬਣਿਆ ਹੈ ਇੱਕ ਬੈਡਰੂਮ ਯੂਨਿਟ ਦੀ ਔਸਤ ਕੀਮਤ ਡਾਲਰ 2596 ਪ੍ਰਤੀ ਮਹੀਨਾ ਹੈ ਕਿਰਾਇਆਂ ਦੀਆਂ ਕੀਮਤਾਂ ਕੈਨੇਡਾ ਭਾਰਤ ਦੇ ਵਿੱਚ ਅਸਮਾਨਤ ਨੇ ਕਿਉਂਕਿ ਦਹਾਕਿਆਂ ਤੋਂ ਉੱਚ ਦਰ ਮਹਿੰਗਾਈ ਨੇ ਦੇਸ਼ ਦੇ ਵਿੱਚ ਰਹਿਣ ਸਹਨ ਦੀਆਂ ਲਾਗਤਾਂ ਨੂੰ ਵਧਾ ਦਿੱਤਾ ਹੈ ਪਿਛਲੇ ਮਹੀਨੇ ਰਾਸ਼ਟਰੀ ਉਸਤ ਕਿਰਾਇਆ ਡਾਲਰ 2500 ਰੈਂਟਲ ਸੀਏ ਦੀ ਜਨਵਰੀ 2023 ਦੀ ਰਿਪੋਰਟ ਅਨੁਸਾਰ ਦਸੰਬਰ 2021 ਦੇ ਮੁਕਾਬਲੇ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਵੈਂਕੂਵਰ ਕੈਨੇਡਾ ਦੇ ਵਿੱਚ ਕਿਰਾਏ ਲਈ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ ਇੱਕ ਬੈਡਰੂਮ ਯੂਨਿਟ ਦੀ ਉਸਤ ਕੀਮਤ ਡਾਲਰ 2596 ਪ੍ਰਤੀ ਮਹੀਨਾ ਹੈ ਟ੍ਰਾਂਟੋ ਇੱਕ ਬੈਡਰੂਮ ਲਈ ਡਾਲਰ 2457 ਨਾਲ ਦੂਜੇ ਸਥਾਨ ਤੇ ਬਣਵੀ ਦੀ ਤਰ੍ਹਾਂ BC ਡਾਲਰ 2450 ਟ੍ਰਾਂਟੋ ਦਾ ਇਰੋਬੀਕੋ ਖੇਤਰ ਡਾਲਰ 2172 ਤੇ ਮੀਸੀਸਾਗਾ অন্ਟੇਰੀਓ ਡਾਲਰ 2145 ਦੀ ਹੈ ਕੈਨੇਡਾ ਦੇ 35 ਸ਼ਹਿਰਾਂ ਦੀ ਸੂਚੀ ਦੇ ਆਧਾਰ ਦੇ ਉੱਤੇ ਇਹ ਰਿਪੋਰਟ ਹੈ ਹਾਲੀਫੈਕਸ ਦੇ ਵਿੱਚ ਜੋ ਕਿ 10ਵੇਂ ਸਥਾਨ ਤੇ ਹੈ ਇੱਕ ਬੈੱਡਰੂਮ ਵਾਲੇ ਯੂਨਿਟ ਦੀ ਔਸਤ ਕੀਮਤ ਡਾਲਰ 1987 ਹੈ ਸਭ ਤੋਂ ਸਸਤੇ ਸ਼ਹਿਰ ਜਿਨ੍ਹਾਂ ਵਿੱਚ ਉਸ ਸੂਚੀ ਵਿੱਚ ਕਿਰਾਏ ਤੇ ਦਿੱਤੇ ਜਾਣੇ ਨੇ ਉਹ ਸਾਰੇ ਅਲਬਰਟਾ ਦੇ ਵਿੱਚ ਸਨ ਇੱਕ ਬੈੱਡਰੂਮ ਦੇ ਨਾਲ ਲੌਇਡ ਮਿਸਟਰ ਦੇ ਵਿੱਚ ਡਾਲਰ 840 ਲਈ ਜਾ ਰਹੇ ਸੀ ਜੋ ਕਿ ਸਭ ਤੋਂ ਹੇਠਲੇ ਸਾਨ ਤੇ ਹੈ ਰਾਸ਼ਟਰੀ ਪੱਧਰ ਤੇ ਦਸੰਬਰ 2022 ਵਿੱਚ ਇੱਕ ਬੈੱਡਰੂਮ ਦਾ ਉਸ ਕਿਰਾਇਆ 7.9 ਫੀਸ ਦੀ ਵਧ ਕੇ ਡਾਲਰ 1681 ਤੱਕ ਪਹੁੰਚ ਗਿਆ ਪਰ ਦੋ ਬੈੱਡਰੂਮ ਦੇ ਕਿਰਾਏ ਵਿੱਚ ਇੱਕ ਸਾਲ ਪਹਿਲਾਂ ਨਾਲੋਂ 9.4 ਫੀਸ ਦੀ ਸਭ ਤੋਂ ਵੱਡੀ ਛਾਲ ਡਾਲਰ 2044 ਕਿਚਨਰ 온ਟਾਰੀਓ ਤੇ ਹੈਲੀਫੈਕਸ ਵਿੱਚ ਸਾਰੀਆਂ ਕਿਸਮਾਂ ਦੇ ਅਪਾਰਟਮੈਂਟਾਂ ਤੇ ਕਾਂਡੋ ਸੂਚੀਆਂ ਦੇ ਲਈ ਸਾਲ ਦਰ ਸਾਲ ਕੁੱਲ ਉਸਤ ਕਿਰਾਏ ਵਿੱਚ ਵਾਧਾ ਸਭ ਤੋਂ ਜ਼ਿਆਦਾ ਸੀ ਜਿਸ ਦੇ ਵਿੱਚ ਦਸੰਬਰ 2022 ਵਿੱਚ 21% ਦਾ ਵਾਧਾ ਹੋਇਆ ਸੀ ਅੱਗੇ ਦੇਖਦੇ ਹਾਂ ਅਹਿਮ ਮੁੱਦੇ ਦੇ ਆਧਾਰਿਤ ਗੱਲਾਂ ਜੀ 25 ਜਨਵਰੀ ਨੂੰ ਬੁੱਧਵਾਰ ਨੂੰ ਮੀਟਿੰਗ ਹੋਣੀ ਹੈ ਬੈਂਕ ਆਫ ਕੈਨੇਡਾ ਦੀ ਤੇ ਉਦੋਂ ਨੂੰ ਇਹਨਾਂ ਨੇ ਇਹ ਦੱਸ ਦੇਣਾ ਵੀ ਹੁਣ ਇੰਟਰਸਟ ਰੇਟ ਵਧਾਉਣੇ ਆ ਕਿ ਘਟਾਉਣੇ ਆ 8 ਕਵਾਰੀ ਸਾਲ ਦੇ ਵਿੱਚ ਮੀਟਿੰਗ ਹੁੰਦੀ ਹੈ ਹਰ ਬੁੱਧਵਾਰ ਨੂੰ ਇਹਨਾਂ ਦੀ ਹਰ ਵਾਰੀ ਬੁੱਧਵਾਰ ਦੇ ਦਿਨ ਇਹਨਾਂ ਦੀ ਮੀਟਿੰਗ ਹੁੰਦੀ ਆ 25 ਮਾਰਚ ਤੋਂ ਬਾਅਦ 8 ਮਾਰਚ ਨੂੰ ਹੋਣੀ ਹੈ ਫਿਰ 12 ਅਪ੍ਰੈਲ ਨੂੰ ਫਿਰ 7 ਜੂਨ ਨੂੰ ਫਿਰ ਜੁਲਾਈ 12 ਨੂੰ ਫਿਰ ਸਤੰਬਰ 6 ਦਸੰਬਰ 6 ਨੂੰ ਹੋਣੀ ਹੈ ਸੋ ਹੁਣ ਪਹਿਲੀ ਐ ਸਾਲ ਦੀ ਮੀਟਿੰਗ 25 ਜਨਵਰੀ ਬੁੱਧਵਾਰ ਵਾਲੇ ਦਿਨ ਹੋਣ ਜਾ ਰਹੀ ਹੈ ਉਹ ਮੀਟਿੰਗ ਦੇ ਵਿੱਚ ਕੀ ਹੋਣਾ ਮਾਹਰ ਪਹਿਲੇ ਅੰਦਾਜ਼ਾ ਲਾ ਰਹੇ ਆ ਕਿ ਬੈਂਕ ਆਫ ਕੈਨੇਡਾ ਇਸ ਵੇਲੇ ਵਧਾਊਗੀ ਇੰਟਰਸਟ ਰੇਟ ਇਹ ਨੂੰ ਮੰਨਿਆ ਜਾ ਰਿਹਾ ਏਦਾਂ ਕਿ ਇਨਫਲੇਸ਼ਨ ਹਜੇ ਘਟੀ ਤਾਂ ਹੈ ਪਰ ਉਨੀ ਜਿਆਦਾ ਨਹੀਂ ਘਟੀ ਇਸ ਕਰਕੇ ਸੈਂਟਰਲ ਬੈਂਕ ਨੂੰ ਮੰਨਿਆ ਜਾ ਰਿਹਾ ਕਿ ਇਹ ਥੋੜਾ ਜਿਹਾ ਜਿਹੜਾ ਰੇਟ ਆ ਉਹਨੂੰ ਉੱਪਰ ਲੈ ਜਾਣਗੇ ਬੁੱਧਵਾਰ ਨੂੰ ਤੇ ਬਹੁਤ ਸਾਰੇ ਜਿਹੜੀਆਂ ਕਮਰਸ਼ੀਅਲ ਬੈਂਕਸ ਆ ਉਹ ਫੋਰਕਾਸਟ ਕਰ ਰਹੀਆਂ ਕਿ ਇਹ 1.4% ਯਾਨੀ ਪੌਣਾ 1.25% ਵਾਧਾ ਹੋਊਗਾ ਇਹਦੇ ਨਾਲ ਜਿਹੜਾ ਸੈਂਟਰਲ ਬੈਂਕ ਦਾ ਕੀ ਇੰਟਰਸਟ ਰੇਟ ਆ 4.5 ਦੇ ਉੱਤੇ ਪਹੁੰਚ ਜਾਣਾ 4.5% ਦੇ ਉੱਤੇ ਜਿਹੜਾ 2007 ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਹੋਊਗਾ 4.7 4.5 ਮਾਫੀ ਚਾਹਨੇ ਆ 4.5 ਜੇ ਇਹ ਕੁਆਟਰ ਪਰਸੈਂਟ ਵਧਾ ਦਿੰਦੇ ਹਜੇ ਪਤਾ ਕੋਈ ਨਹੀਂ ਵਧਾਉਣਾ ਕਿ ਨਹੀਂ ਵਧਾਉਣਾ ਪਰ ਬਹੁਤਿਆਂ ਦਾ ਅੰਦਾਜ਼ਾ ਵੀ ਇੰਨਾ ਕੁ ਤਾਂ ਵਧਾਉਣਗੇ ਹੁਣ ਹੈਡਲਾਈਨ ਜਿਹੜੀ ਇਹ ਆ ਕਿ ਕੱਲ ਦੀ ਇਨਫਲੇਸ਼ਨ ਸਲੋ ਹੋ ਗਈ ਆ ਪਿਛਲੇ ਮਹੀਨੇ ਦੇ ਵਿੱਚ ਤੇ ਪਰ ਇਹ ਦੱਸਦੀ ਆ ਕਿ ਇੰਨੀ ਜ਼ਿਆਦਾ ਸਲੋ ਨਹੀਂ ਹੋਈ ਵੀ ਇਹ ਹਜੇ ਇੰਟਰਸਟ ਰੇਟ ਵਧਾਉਣਾ ਬੰਦ ਕਰਦੇ ਨਹੀਂ ਕਿਉਂਕਿ ਹਾਲਤ ਉਥੇ ਦੀ ਉਥੇ ਹੀ ਖੜੀ ਆ ਇਹ ਇੱਕ ਇਹ ਵੀ ਗੱਲ ਮੰਨੀ ਜਾ ਰਹੀ ਵੀ ਇਹ ਆਖਰੀ ਵਾਧਾ ਹੋਊਗਾ ਕਿਹਾ ਤੇ ਨਹੀਂ ਜਾ ਸਕਦਾ ਇਹਦੇ ਬਾਰੇ ਮਾਹਰ ਆਪਣਾ ਅੰਦਾਜ਼ਾ ਲਾ ਰਹੇ ਆ ਹੁਣ ਇਹ ਤੇ ਬੈਂਕ ਆਫ ਕੈਨੇਡਾ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ ਕਿੰਨਾ ਵਧਾਉਣਾ ਕਿੰਨਾ ਨਹੀਂ ਵਧਾਉਣਾ ਪਰ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਵੀ ਆ ਆਖਰੀ ਵਾਰੀ ਇਹਨਾਂ ਨੇ ਵਧਾਉਣਾ ਜਿਹੜੀ ਅਗਲੀਆਂ ਦੋ ਮੀਟਿੰਗ ਜਾਂ ਕੁਝ ਮੀਟਿੰਗ ਹੋਣਗੀਆਂ ਉਹ ਚ ਇਹਨਾਂ ਨੇ ਕੁਝ ਨਹੀਂ ਕਰਨਾ ਮਤਲਬ 25 ਜਨਵਰੀ ਨੂੰ 0.25% ਵਧਾ ਕੇ ਫੇ 8 ਮਾਰਚ ਤੇ 12 ਅਪ੍ਰੈਲ ਵਾਲੀ ਮੀਟਿੰਗ ਦੇ ਵਿੱਚ ਠੀਕ ਠਾਕ ਰੱਖਣਗੇ ਤੇ ਫੇਰ ਹੌਲੀ ਹੌਲੀ ਕਿਤੇ ਜਾ ਕੇ ਥੋੜਾ ਬਹੁਤਾ 0.25% ਥੱਲੇ ਵੀ ਕਰ ਸਕਦੇ ਆ ਤੇ ਥੋੜਾ ਉੱਤੇ ਵੀ ਕਰ ਸਕਦੇ ਹੁਣ ਇਹਦੇ ਨੇੜੇ ਤੇੜੇ 4.5 4.5% ਦੇ ਨੇੜੇ ਤੇੜੇ ਬਿਆਜ ਕੈਨੇਡਾ ਦੇ ਵਿੱਚ ਰਹੂਗਾ ਐਸ ਕਿਸਮ ਦਾ ਅੰਦਾਜ਼ਾ ਮਾਹਰ ਲਾ ਰਹੇ ਆ ਤੇ ਹੁਣ ਇਨਫਲੇਸ਼ਨ ਇਹਦੇ ਨਾਲ ਘਟਦੀ ਹੈ ਕਿ ਨਹੀਂ ਘਟਦੀ ਪਰ ਜਿਹੜੇ ਇੰਟਰਸਟ ਰੇਟ ਵਧਣ ਦੇ ਨਾਲ ਲੋਕਾਂ ਦੇ ਉੱਤੇ ਜੇ ਇਸ ਕਿਸਮ ਦਾ ਪ੍ਰੈਸ਼ਰ ਹੈ ਇਸ ਵੇਲੇ ਹੈਗਾ ਲੋਕ ਜਿਹਦੇ ਵਿੱਚੋਂ ਲੰਘ ਰਹੇ ਆ ਉਹਨੂੰ ਲੋਕ ਸਮਝ ਵੀ ਰਹੇ ਆ ਸਾਡੇ ਲੀਡਰ ਵੀ ਇਸ ਗੱਲ ਬਾਰੇ ਚਿੰਤਤ ਨੇ ਹਾਲਾਂਕਿ ਬੈਂਕ ਆਫ ਕੈਨੇਡਾ ਵਧਾਰੀ ਹੈ ਕੋਈ ਲਿਬਰਲ ਪਾਰਟੀ ਜਾਂ ਜਸਟਨ ਟਰੂਡੋ ਇੰਟਰਸਟ ਰੇਟ ਨਹੀਂ ਵਧਾਰਾ ਹੈ ਕੋਈ ਕਾਟਨ ਆਮਸ ਬੋਡੀ ਆ ਟਿਫ ਮੁਕੱਲਮ ਉਹਦੇ ਗਵਰਨਰ ਨੇ ਪਾਰਿਸ ਕਲ ਦੇ ਉੱਤੇ ਚਿੰਤਾ ਸਾਰੀਆਂ ਪਾਰਟੀਆਂ ਕਰ ਰਹੀਆਂ ਆ ਐਨਡੀਪੀ ਆ ਕੋ ਜਗਮੀਤ ਸਿੰਘ ਨੇ ਕੁਝ ਦਿਨ ਪਹਿਲਾਂ ਆਪਣਾ ਬਿਆਨ ਦਿੱਤਾ ਜਿਹੜੀ ਉਹਨਾਂ ਦੀ ਕੌਕਸ ਨੂੰ ਉਹ ਸੰਬੋਧਨ ਕਰ ਰਹੇ ਸੀ ਉੱਤੇ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਪ੍ਰਧਾਨ ਮੰਤਰੀ ਲੋਕਾਂ ਦੇ ਨਾਲ ਨਹੀਂ ਖੜ ਰਿਹਾ ਇੰਟਰਸਟੇਟ ਵਧੀ ਜਾਂਦੇ ਆ ਤੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਜਿਹੜੇ ਕਨਜ਼ਰਵੇਟਿਵ ਦੇ ਪੀਅਰ ਪਾਲੀ ਆ ਉਹ ਪਹਿਲਾਂ ਹੀ ਲੰਬੇ ਸਮੇਂ ਤੋਂ ਕਹਿ ਰਹੇ ਵੀ ਇਹ ਸਾਰੇ ਕੁਝ ਦੇ ਜ਼ਿੰਮੇਵਾਰ ਹੀ ਇਹ ਲਿਬਰਲ ਪਾਰਟੀ ਆ ਤੇ ਇਹ ਜਿਹੜੇ ਮਾਫੀ ਚੌਰਾ ਟੈਫ ਮੁਕੱਲਮ ਨੇ ਜਿਹੜੇ ਗਵਰਨਰ ਨੇ ਸੈਂਟਰਲ ਬੈਂਕ ਦੇ ਉਹ ਕਹਿੰਦੇ ਇਹ ਵੀ ਜਦੋਂ ਮੈਂ ਮੇਰੀ ਸਰਕਾਰ ਬਣ ਗਈ ਤੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਸਭ ਤੋਂ ਪਹਿਲਾ ਕੰਮ ਇਹ ਕਰਨਾ ਵੀ ਮੈਂ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਕੱਢ ਦੇਣਾ ਟੈਫ ਮੁਕੱਲਮ ਨੂੰ ਉਹਦੀ ਨੌਕਰੀ ਤੋਂ ਕੱਢ ਦੇਣਾ ਸੋ ਹੁਣ ਦੇਖੋ ਕੀ ਬਣਦਾ 25 ਤਰੀਕ ਨੂੰ ਬੁੱਧਵਾਰ ਨੂੰ ਭਾਰਤੀ ਲੋਕ ਇਹਦੇ ਬਾਰੇ ਗੱਲਾਂਬਾਤਾਂ ਕਰ ਰਹੇ ਆ ਤੇ ਸਾਰੇ ਜਿਹੜੇ ਮਾਹਰ ਨੇ ਉਹਨਾਂ ਸਾਰਿਆਂ ਦੇ ਅੰਦਾਜ਼ੇ ਦੇ ਵਿੱਚੋਂ ਇੱਕੋ ਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜਿਹੜਾ ਇਹ 4% ਵਧਾਉਣਗੇ 0.2% ਤੇ 3.5 ਦੇ ਉੱਤੇ ਇੰਟਰਸਟ ਰੇਟ ਆ ਇਸ ਸਾਲ ਟਿਕ ਜਾਣਗੇ ਨਾਈਂਥ ਬਹੁਤੇ ਵਧਣੇ ਆ ਇਹ ਤੋਂ ਤੇ ਨਾਈਂ ਬਹੁਤੇ ਘਟਣੇ ਆ ਲਾ-ਪਾ ਕੇ ਕੋਈ ਅੱਧਾ ਪਰਸੈਂਟ ਜਾਂ ਥੋੜਾ ਬਹੁਤ ਕੁਆਟਰ ਪਰਸੈਂਟ ਉੱਤੇ ਥੱਲੇ ਹੋ ਸਕਦਾ ਪਰ 3.5 ਪਰਸੈਂਟ ਦੇ ਉੱਤੇ ਇਹ ਵਿਆਜ ਤਰ੍ਹਾਂ ਰਹਿਣਗੇ ਬਾਕੀ ਡਿਪੈਂਡ ਕਰਦਾ ਕਿ ਸੀਨ ਕਿਸ ਤਰ੍ਹਾਂ ਦੇ ਬਣਦੇ ਆ ਜਿਹੜੇ ਉਧਰ ਰੂਸ ਯੂਕਰੇਨ ਯੁੱਧ ਦਾ ਕੀ ਬਣਦਾ ਮਹਿੰਗਾਈ ਦਾ ਕੀ ਬਣਦਾ ਸਪਲਾਈ ਚੇਨ ਕਿੱਥੇ ਕਿ ਜਾਂਦੀ ਹੈ ਉਹਨਾਂ ਸਾਰੇ ਫੈਕਟਰਸ ਦੇ ਉੱਤੇ ਨਿਰਭਰ ਕਰਦਾ ਵੀ ਹੈ ਇੰਟਰਸਟ ਰੇਟ ਕਿਧਰ ਨੂੰ ਜਾਣ ਕੇ ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਰਾਲੇ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ